ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਪੰਜਾਬੀ ਮੀਡੀਆ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਦੇ ਸਤਿਕਾਰ, ਸਤਿ ਸ਼੍ਰੀ ਅਕਾਲ ਦੋਸਤੋ। ਅੱਜ 14 ਫਰਵਰੀ ਯਾਨੀ ਵੈਲੈਂਟਾਈਨ ਡੇ, ਯਾਨੀ ਕਿ ਪਿਆਰ ਮੁਹੱਬਤ ਦਾ ਦਿਨ। ਸੋ ਸਾਡੇ ਸਾਰੀ ਟੀਮ ਵੱਲੋਂ ਪੰਜਾਬੀ ਮੀਡੀਆ ਦੀ ਤੁਹਾਨੂੰ ਸਾਰਿਆਂ ਨੂੰ ਸਾਡੇ ਦਰਸ਼ਕਾਂ ਨੂੰ ਪਿਆਰ ਮੁਹੱਬਤ ਅਦਬ ਸਤਿਕਾਰ। ਸੋ ਦੋਸਤੋ, ਖਾਸ ਗੱਲ ਇਹ ਵੀ ਹੈ ਕਿ ਅੱਜ ਪੰਜਾਬੀ ਫਿਲਮ ਸੁਪਨਾ ਰਿਲੀਜ਼ ਹੋਈ ਹੈ। ਪਿਆਰ ਮੁਹੱਬਤ ਦੀ ਇਹ ਫਿਲਮ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ ਜੀ ਜਗਦੀਪ ਸਿੱਧੂ ਨੇ। ਸੋ ਇਸ ਫਿਲਮ ਦੇ ਜੇ ਮੁੱਖ ਅਦਾਕਾਰਾਂ ਦੀ ਗੱਲ ਕਰਦੇ ਹਾਂ ਤਾਂ ਮੁੱਖ ਅਦਾਕਾਰ ਨੇ ਐਮੀ ਵਿਰਕ ਅਤੇ ਤਾਨੀਆ, ਅਤੇ ਇਸ ਫਿਲਮ ਦੇ ਵਿੱਚ ਜਗਜੀਤ ਸੰਧੂ, ਜੈਸਮੀਨ ਬਾਜਵਾ, ਮੋਹਿਨੀ ਤੂਰ, ਸੀਮਾ ਕੌਸ਼ਲ ਵੀ ਸਾਨੂੰ ਨਜ਼ਰ ਆਉਣਗੇ। ਸੋ ਇਸ ਫਿਲਮ ਦੀ ਇੱਕ ਖਾਸ ਗੱਲ ਮੈਂ ਤੁਹਾਨੂੰ ਦੱਸਦਾ ਕਿ ਇਸ ਫਿਲਮ ਦੀ ਖਾਸ ਗੱਲ ਹੈ ਕਿ ਇਸ ਫਿਲਮ ਦੇ ਗੀਤ ਹੈ ਉਹ ਜਾਨੀ ਨੇ ਲਿਖੇ ਨੇ, ਅਤੇ ਇਸ ਫਿਲਮ ਦਾ ਸੰਗੀਤ ਬੀਪ ਰੈਕ ਨੇ ਦਿੱਤਾ। ਅਸੀਂ ਪਹੁੰਚੇ ਹਾਂ ਪਿਕਾਰਲੀ ਮੋਲ ਚੰਡੀਗੜ੍ਹ ਦੇ ਵਿੱਚ, ਜਿੱਥੇ ਕਿ ਪਹਿਲਾ ਸ਼ੋਅ ਖਤਮ ਹੋਣ ਵਾਲਾ, ਅਤੇ ਦਰਸ਼ਕ ਬਾਹਰ ਆਉਣ ਵਾਲੇ ਨੇ ਜੀ। ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਫਿਲਮ ਕਿਹੋ ਜਿਹੀ ਲੱਗੀ, ਦਰਸ਼ਕ ਕੀ ਕਹਿੰਦੇ ਨੇ ਇਸ ਫਿਲਮ ਬਾਰੇ, ਅਦਾਕਾਰਾਂ ਦੀ ਅਦਾਕਾਰੀ ਬਾਰੇ। ਸੋ ਆਹ ਫਿਰ ਪੁੱਛਦੇ ਹਾਂ ਜੀ ਉਹਨਾਂ ਨੂੰ, ਫਿਲਮ ਕਿਹੋ ਜਿਹੀ ਲੱਗੀ? ਕਿਹੋ ਜਿਹੀ ਲੱਗੀ ਭਾਈ ਫਿਲਮ? ਬਹੁਤ ਵਧੀਆ ਸੀ ਭਾਈ ਫਿਲਮ। ਬਹੁਤ ਵਧੀਆ ਭਰਾ, ਬਹੁਤ ਵਧੀਆ, ਬਹੁਤ ਵਧੀਆ ਵੀਰੇ ਜੀ। ਸਰਾ ਮੂਵੀ ਆ, ਅੱਛਾ ਕਨਸੈਪਟ ਹੈ, ਸਟੋਰੀ ਬਹੁਤ ਵਧੀਆ, ਬਹੁਤ ਸੋਹਣੀ ਮੂਵੀ ਹੈ, ਰੋਮਾਂਟਿਕ ਬਹੁਤ ਅੱਛੀ ਮੂਵੀ ਆ, ਬਹੁਤ ਵਧੀਆ ਮੂਵੀ ਹੈ ਜੀ। ਟੌਕ ਐਂਡ ਮੂਵੀ ਹੈ ਭਾਈ, ਵਧੀਆ ਇਮੋਸ਼ਨਲ ਮੂਵੀ ਹੈ, ਪਿਆਰ ਵਾਲੀ। ਤਾਨੀਆ ਨੇ ਲੀਡ ਕੀਤਾ ਇਸ ਫਿਲਮ ਦੇ ਵਿੱਚ, ਹੀਰੋਇਨ ਨੇ ਕਿਹੋ ਜਿਹੀ ਐਕਟਿੰਗ ਸੀ ਉਹਨਾਂ ਦੀ? ਐਕਟਿੰਗ ਤਾਂ ਵਧੀਆ ਵੀਰੇ, ਸੋਹਣੀ ਵਧੀਆ ਮੂਵੀ ਹੈ। ਕਿਹੜਾ ਗਾਣਾ ਬਾਈ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਫਿਲਮ ਦੇ ਵਿੱਚ? ਯਾਰ ਉਹ ਗਾਣਾ ਤਾਂ ਆਏ ਨਹੀਂ ਕਮਲ ਖਾਨ ਵਾਲਾ, ਅੰਮੀ ਗਾਣਾ ਆਏ ਨਹੀਂ ਵਿੱਚ ਮੂਵੀ ਦਾ, ਉਹ ਘੈਂਟ ਹੈ। ਵਧੀਆ, ਬਹੁਤ ਵਧੀਆ ਸੀ, ਬਹੁਤ ਵਧੀਆ ਨੇ, ਬਹੁਤ ਵਧੀਆ ਜੀ। ਟੋੜੀ ਦੀ ਬਹੁਤ ਵਧੀਆ ਬਣੀ ਹੋਈ ਸੀ, ਬਹੁਤ ਇਮੋਸ਼ਨਲ ਮੂਵੀ, ਸੈਕੰਡ ਹਾਫ ਬਹੁਤ ਵਧੀਆ, ਕਾਮੇਡੀ ਤੇ ਐਕਟਿੰਗ ਦਾ ਬਹੁਤ ਵਧੀਆ, ਸਟੋਰੀ ਦਾ ਤੇ ਕਾਮੇਡੀ ਦਾ ਬਹੁਤ ਵਧੀਆ ਤੜਕਾ ਯਾਰ। ਵਿਨਰ ਵਿਨਰ ਮੂਵੀ, ਕੰਪਲੀਟਲੀ ਵਿਨਰ। ਵਧੀਆ ਲੱਗੀ? ਬਹੁਤ ਵਧੀਆ ਸੀ ਭਾਈ, ਬਹੁਤ ਅੱਛੀ ਮੂਵੀ ਹੈ, ਬੈਸਟ ਹੈ, ਕਪਲਸ ਕੇ ਲਈ ਬਹੁਤ ਸਹੀ ਰਹੇਗੀ। ਘੈਂਟ ਵੀਰੇ ਜਮਾ, ਵਧੀਆ ਭਾਈ, ਬਹੁਤ ਘੈਂਟ ਮੂਵੀ, ਬਹੁਤ ਸਰਾ ਸੀ ਭਾਈ ਫਿਲਮ ਯਾਰ ਜੀ, ਬਹੁਤ ਵਧੀਆ ਸੀਗੀ, ਰੋਮਾਂਟਿਕ ਮੂਵੀ ਆ। ਸਭ ਤੋਂ ਵਧੀਆ ਗੱਲ ਇਹ ਸੀ ਕਿ ਹੈਪੀ ਐਂਡਿੰਗ ਸੀ ਮੂਵੀ ਦੀ, ਬਹੁਤ ਵਧੀਆ, ਅਮੇਜ਼ਿੰਗ ਜੀ। ਗਾਣੇ ਕਿਹੋ ਜਿਹੇ ਲੱਗੇ ਭਾਈ ਫਿਲਮ? ਭਾਈ ਸਰਾ ਸੀ। ਕੀ ਵਧੀਆ ਲੱਗਿਆ ਤੁਹਾਨੂੰ ਫਿਲਮ 'ਚ? ਸਟੋਰੀ ਜੀ, ਐਂਡਿੰਗ। ਲੋਕ ਕਹਿੰਦੇ ਸੀ ਵੀ ਕਿਸਮਤ ਵਾਲਾ ਐਂਡ ਹੋਏਗਾ ਜਾਂ ਕਿਸਮਤ ਦੇ ਨਾਲ ਜੋੜ ਕੇ ਦੇਖ ਰਹੇ ਸੀਗੇ, ਸੁਪਨਾ ਉਹ ਤੋਂ ਅਲੱਗ ਹੈ ਜਾਂ ਕਿਸਮਤ ਵਰਗੀ ਹੈ ਜੀ? ਨਹੀਂ, ਅਲੱਗ ਆ, ਅਲੱਗ ਹੈ, ਮੈਨੂੰ ਤਾਂ ਬਹੁਤ ਵਧੀਆ ਲੱਗਿਆ ਭਾਈ। ਫਿਲਮ ਦੇ ਗਾਣੇ ਜਾਂ ਆਪਾਂ ਸੰਗੀਤ ਦੀ ਗੱਲ ਕਰੀਏ ਜਾਂ ਫਿਰ ਓਵਰਆਲ ਕਹਾਣੀ ਦੀ ਗੱਲ ਕਰੀਏ, ਕੀ ਵਧੀਆ ਲੱਗਿਆ ਤੁਹਾਨੂੰ ਸਭ ਤੋਂ ਵਧੀਆ ਫਿਲਮ ਦੇ ਵਿੱਚ? ਗਾਣੇ, ਜਾਨੀ ਬਾਈ ਦੇ ਗਾਣੇ ਬਹੁਤ ਵਧੀਆ ਨੇ, ਦੋ ਗਾਣੇ ਨੇ, ਇੱਕ ਜਾਨ ਹੈ, ਇੱਕ ਹੋਰ ਕੋਈ ਗਾਣਾ ਹੈ ਕਬੂਲ ਹੈ, ਬਹੁਤ ਵਧੀਆ ਗਾਣਾ ਭਾਈ ਜੀ। ਕਿਸਮਤ ਨਾਲ ਜੋੜ ਕੇ ਦੇਖ ਰਹੇ ਸੀਗੇ ਦਰਸ਼ਕ, ਉਹ ਤੋਂ ਅਲੱਗ ਹੈ ਜਾਂ ਉਹੋ ਜਿਹੀ ਹੈ? ਨਹੀਂ, ਬਹੁਤ ਅੱਛੀ ਹੈ, ਮਤਲਬ ਇਹ 'ਚ ਰਿਲੀਜਨ ਦਾ ਡਿਫਰੈਂਸ ਦੱਸਿਆ, ਮਤਲਬ ਤਾਂ ਵੀ ਮਤਲਬ ਪਿਆਰ ਜ਼ਿਆਦਾ ਇੰਪੋਰਟੈਂਟ ਹੁੰਦਾ, ਕੋਈ ਮਾਇਨੇ ਰੱਖਦਾ, ਕੁੜੀ ਅਤੇ ਮੁੰਡੇ ਦਾ ਬਹੁਤ ਸੱਚਾ ਪਿਆਰ ਹੁੰਦਾ ਆਪਸ 'ਚ। ਕਿਹਨਾਂ ਦੀ ਐਕਟਿੰਗ ਤੁਹਾਨੂੰ ਸਭ ਤੋਂ ਵਧੀਆ ਲੱਗੀ ਫਿਲਮ ਦੇ ਵਿੱਚੋਂ? ਦੇਖੋ ਜੀ, ਮਤਲਬ ਐਕਟਿੰਗ ਤਾਂ ਮੁੰਡੇ ਕੋਲ ਦੋਵਾਂ ਨੇ ਸੋਹਣੀ ਸੀਗੀ, ਪਰ ਸਟਾਰਟਿੰਗ 'ਚ ਮਤਲਬ ਮੁੰਡੇ ਜਾ ਰਹੀ ਅੱਛੀ ਸੀ ਅਤੇ ਇੰਟਰਵਲ ਤੋਂ ਬਾਅਦ ਕੁੜੀ ਦੀ ਜਾ ਰਹੀ ਸੋਹਣੀ ਸੀਗੀ ਜੀ। ਬਈ ਕਿਹੜਾ ਗਾਣਾ ਜਿਹੜਾ ਤੁਸੀਂ ਹੁਣ ਨਾਲ ਲੈ ਕੇ ਜਾ ਰਹੇ ਹੋ ਆਪਣਾ ਫਿਲਮ ਦੇ ਵਿੱਚ? ਦੇਖੋ ਜੀ, ਗਾਣੇ ਤਾਂ ਸਾਰੀ ਮੂਵੀ ਦੇ ਬਹੁਤ ਅੱਛੇ ਨੇ, ਅਤੇ ਇੱਕ ਜਿਹੜਾ ਦੂਸਰਾ ਸੌਂਗ ਆ ਜਿਹੜਾ ਉਹ ਮੇਰੀ ਜੰਨਤ ਵੀ ਤੋਂ, ਉਹ ਇੱਦਾਂ ਦਾ ਕੋਈ ਸੌਂਗ, ਹਾਂ ਉਹ ਵਾਲਾ ਸੌਂਗ ਬਹੁਤ ਅੱਛਾ ਸੀਗਾ। ਅਤੇ ਡਾਇਰੈਕਸ਼ਨ ਵਾਈਜ਼ ਜਾਂ ਐਕਟਿੰਗ ਵਾਈਜ਼ ਕਿਹਨਾਂ ਦੀ ਐਕਟਿੰਗ ਤੁਹਾਨੂੰ ਵਧੀਆ ਲੱਗੀ? ਮੈਨੂੰ ਕੁੜੀ ਦੀ ਵਧੀਆ ਲੱਗੀ ਲਾਸਟ 'ਚੋਂ ਜੀ, ਔਰ ਸਟਾਰਟਿੰਗ 'ਚ ਵੀ ਕੁੜੀ ਦੀ ਬੈਸਟ ਸੀ। ਇਹਨਾਂ ਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਭਾਈ? ਯਾਰ ਐਕਟਿੰਗ ਵੀਰੇ, ਤਾਨੀਆ ਦੀ ਐਕਟਿੰਗ ਬਹੁਤ ਘੈਂਟ ਹੈ। ਕੁੜੀ ਦਾ ਨਾ ਜਿਵੇਂ ਪਹਿਲਾਂ ਤਾਂ ਚਲੋ ਠੀਕ ਠਾਕ ਰੋਲ ਕਰਦੀ ਰਹੀ ਹੈ, ਪਰ ਇਸ ਵਾਰੀ ਲੀਡ ਰੋਲ ਕੀਤਾ, ਦਿਲ ਜਿੱਤ ਗਈ ਕੁੜੀ, ਬਹੁਤ ਵਧੀਆ ਰੋਲ ਕੀਤਾ। ਐਮੀ ਦਾ ਤਾਂ ਚਲੋ ਐਜ਼ ਯੂਜੂਅਲ ਨੈਚੁਰਲ ਐਕਟਿੰਗ ਕਰਦਾ, ਜਗਜੀਤ ਸੰਧੂ ਨੇ ਕਾਮੇਡੀ ਦਾ ਬਹੁਤ ਵਧੀਆ ਤੜਕਾ ਲਾਇਆ, ਕੰਪਲੀਟ ਪੈਕੇਜ ਹੈ ਮੂਵੀ ਯਾਰ। ਕਿਹਨਾਂ ਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਜੀ? ਐਮੀ ਵਿਰਕ ਦੀ ਹੈ ਬਾਈ। ਕਿਹਨਾਂ ਦੀ ਐਕਟਿੰਗ ਸਭ ਤੋਂ ਵਧੀਆ ਸੀ ਬਾਈ? ਐਮੀ ਵਿਰਕ ਐਂਡ ਤਾਨੀਆ, ਦੋਨੋਂ ਵੀ ਬਹੁਤ ਅੱਛੀ ਥੀ, ਐਮੀ ਵਿਰਕ ਵੀ ਤਾਨੀਆ ਮੈਮ ਜੀ। ਕਿਸਮਤ ਤੋਂ ਕਿੰਨੀ ਕੁ ਵੱਖਰੀ ਹੈ ਫਿਲਮ? ਨਹੀਂ ਵੀਰੇ, ਸਟੋਰੀ ਦੀ ਯਾਰ ਹੈ ਤਾਂ ਰੋਮਾਂਟਿਕ ਆ, ਉਹਦੇ ਮੈਂ ਕੋਈ ਰੋਮਾਂਟਿਕ ਆ, ਪਰ ਐਂਡ ਜਮਾ ਡਿਫਰੈਂਟ ਸੀਗਾ ਵੀ ਲਾਈਫ, ਉਹ 'ਚ ਲਾਈਫ ਲਵ ਸਟੋਰੀ ਸਕਸੈਸ ਨਹੀਂ ਹੁੰਦੀ, ਇਹ 'ਚ ਹੋ ਗਈ ਸੀਗੀ, ਵੀ ਬਹੁਤ ਵਧੀਆ ਯਾਰ, ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ, ਐਕਟਿੰਗ ਵੀਰੇ ਤਾਨੀਆ ਮੈਡਮ ਦੀ ਬਹੁਤ ਘੈਂਟ। ਫਿਲਮ ਦਾ ਕਿਹੜਾ ਗਾਣਾ ਜਿਹੜਾ ਤੁਸੀਂ ਆਪਣੇ ਨਾਲ ਲੈ ਕੇ ਜਾ ਰਹੇ ਹੋ ਜੀ? ਸਾਰੇ ਬਹੁਤ ਵਧੀਆ ਸੀ, ਕਬੂਲ ਹੈ ਮੇਰਾ ਫੇਵਰੇਟ ਸੌਂਗ ਆ। ਜ਼ਿਆਦਾ ਵਧੀਆ ਕੀ ਸੀਗਾ ਫਿਲਮ ਦੇ ਵਿੱਚ? ਪਿਓਰ ਲਵ ਦੱਸਿਆ ਹੋਇਆ ਉਹਦੇ ਬਾਰੇ, ਅਤੇ ਯੂ ਨੋ ਪਾਰਟਨਰ ਇੱਕ ਦੂਜੇ ਪਾਰਟਨਰ ਨੂੰ ਕਿੱਦਾਂ ਸਪੋਰਟ ਕਰਦਾ ਆ ਹਰ ਚੀਜ਼ਾਂ ਤੋਂ ਹਟ ਕੇ। ਦੈਟਸ ਤੇ ਕਿੰਨੇ ਸਟਾਰ ਬਾਈ ਫਿਲਮ ਨੂੰ ਬਾਈ? ਫੁੱਲ ਹੈ ਜੀ, 5 ਜੀ, 4 ਫੁੱਲ ਹੀ ਹੈਗਾ, 5 5 4.5 4.5 5 to 5 4.5 ਜੀ, 5 ਮੈਂ ਸੇ 5 ਪੰਜਾਂ ਜੋ 5.5 ਸਟਾਰ ਪੇ, 4.5 5 out of 5। ਸੁਪਨਾ ਫਿਲਮ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ। ਜੇ ਆਪਾਂ ਅਦਾਕਾਰੀ ਦੀ ਗੱਲ ਕਰੀਏ ਤਾਂ ਅਦਾਕਾਰੀ ਦੇ ਵਿੱਚ ਤਾਨੀਆ, ਐਮੀ ਵਿਰਕ ਅਤੇ ਜਗਜੀਤ ਸੰਧੂ ਦੀ ਐਕਟਿੰਗ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਤਾਨੀਆ ਇਸ ਫਿਲਮ ਦੇ ਵਿੱਚ ਲੀਡ ਰੋਲ 'ਤੇ ਸੀ ਅਤੇ ਉਹਨਾਂ ਦੀ ਐਕਟਿੰਗ ਵੀ ਦਰਸ਼ਕਾਂ ਦੁਆਰਾ ਪਸੰਦ ਕੀਤੀ ਗਈ ਹੈ ਜੀ। ਸੋ ਮੁੱਖ ਦੀ ਗੱਲ ਇੰਨੀ ਹੈ ਕਿ ਇਸ ਫਿਲਮ ਦੇ ਜਿਹੜਾ ਸੰਗੀਤ ਹੈ ਉਹ ਵੀ ਬਹੁਤ ਜ਼ਿਆਦਾ ਦਰਸ਼ਕਾਂ ਵੱਲੋਂ ਸਰਾਹਿਆ ਗਿਆ। ਸੋ ਤੁਸੀਂ ਵੀ ਆਪਣੇ ਨਜ਼ਦੀਕੀ ਸਿਨੇਮਾ ਘਰ